शिक्षा मंत्री ने यह गल कही कि तुसी अब मैं तुहाडा कोई हल नहीं कर सकता, तुसी आराम नाल धरना लाओ, मैं तुहाडे लंगर पानी का भी बंदोबस्त कर दूंगा। ਉਹ ਤਾਂ ਬਹਿਸ ਅਕਸਰ ਕਹਿੰਦੇ ਹੁੰਦੇ ਨੇ ਕਿ ਧਰਨਾ ਲਾਓ, ਤੁਸੀਂ ਮੇਰੇ ਕੋਲ ਸਿੱਧੇ ਆਓ, ਤੁਸੀਂ ਸਿੱਧੇ ਕਿਉਂ ਨਹੀਂ ਜਾਂਦੇ? ਇਹ ਬਦਲਾਅ ਵਾਲੀ ਸਰਕਾਰ ਨਹੀਂ, ਇਹ ਬਦਲੇ ਵਾਲੀ ਸਰਕਾਰ ਹੈ। ਜਿਹੜੇ MLA ਉਹ ਦਾਅਵੇ ਕਰਦੇ ਤੁਹਾਨੂੰ ਮਿਲ ਕੇ, ਤੁਹਾਡੀ ਜਦੋਂ ਮੰਗ ਪੱਤਰ ਦਿੰਦੇ ਹੁੰਦੇ ਸੀਗੇ ਵੀ ਅਸੀਂ ਤੁਹਾਡੀ ਭਾਰਤੀ ਪਹਿਲ ਦੇ ਆਧਾਰ ਤੇ, ਉਹ ਹੁਣ ਕਦੇ MLA ਨੇ ਆਫ ਦਾ ਰਿਕਾਰਡ ਹੀ ਗੱਲ ਕਹੀ ਹੋਵੇ ਕਿ ਕਿਹਾ ਵੀ ਤੁਹਾਨੂੰ ਮੜ ਕੋਈ ਨਾ ਭਾਈ ਫਿਕਰ ਨਾ, ਅਸੀਂ ਤੁਹਾਡਾ ਹੱਲ ਕਰਾਂਗੇ, ਕੋਈ ਕਹਿੰਦਾਗਾ? ਨਹੀਂ ਸਰ, ਬਕਾਇਦਾ ਹਰਜੋਤ ਬੈਂਸ ਸਿੱਖਿਆ ਮੰਤਰੀ ਨੇ ਦੋ ਵਾਰ ਇਹ ਗੱਲ ਕਹੀ ਹੋਈ ਹੈ ਵੀ ਇਹ ਜਿਹੜੇ ਬੱਚੇ ਨੇ ਇਹ ਬਹੁਤ ਸ਼ਾਨਦਾਰ ਬੱਚੇ ਨੇ। ਜਿਹੜਾ ਮਨਪ੍ਰੀਤ ਬਾਦਲ ਕਹਿੰਦੇ ਖਾਲੀ ਪੀਪਾ ਕਹਿੰਦਾ ਹੁੰਦਾ ਸੀ, ਇਹ ਤਾਂ ਹਮੇਸ਼ਾ ਪਿੱਟਦੇ ਨੇ ਕਿ ਸਾਡਾ ਤਾਂ ਭਰਿਆ ਹੋਇਆ। ਮੈਂ ਜੇ ਸੱਚੀ ਗੱਲ ਕਹਾਂ ਤਾਂ ਮੈਨੂੰ ਇਹਨਾਂ ਦਾ ਤਾਂ ਪੀਪਾ ਟਣਕਿਆ ਹੋਇਆ ਹੀ ਲੱਗਦਾ। ਨਹੀਂ ਸਰ, ਮੰਤਰੀ ਤਾਂ ਬਿਲਕੁਲ ਗੰਭੀਰ ਨਹੀਂ ਹੈ, ਪਰ ਵਾਹਿਗੁਰੂ ਬਹੁਤ ਗੰਭੀਰ ਹੈ। ਸਾਨੂੰ ਜਿਹੜੀ ਜਿੱਤ ਹੈ ਉਹ ਯਕੀਨੀ ਮਿਲੇਗੀ, ਔਰ ਫਿਰ ਸਰਕਾਰ ਜਿਹੜੀ ਹੈ ਇਹਨੂੰ ਜਿਹੜਾ ਅਸੀਂ ਸੱਚੇ ਰਾਹ 'ਤੇ ਚੱਲੇ ਹੋਏ ਹਾਂ ਉਹਨੂੰ ਦੇਖਦੇ ਹੋਏ ਸਾਨੂੰ ਸਾਡੀਆਂ ਮੰਗਾਂ ਨੂੰ ਪੂਰੀਆਂ ਕਰਨਾ ਹੀ ਪਏਗਾ। ਰਾਤਾਂ ਦੇ ਦੀਵੇ ਬਾਲ ਕੇ, ਤੇਲ ਬਾਲ ਕੇ ਪੜ੍ਹਾਈਆਂ ਕੀਤੀਆਂ ਹੋਈਆਂ ਨੇ, ਅਤੇ ਜੇ ਅਸੀਂ ਰਾਤਾਂ ਨੂੰ ਜਾ ਕੇ ਜਾਂ ਦਿਨਾਂ 'ਚ ਜਾ ਕੇ 24-24 ਘੰਟੇ ਪੜ੍ਹ ਸਕਦੇ ਹਾਂ ਤਾਂ ਅਸੀਂ ਪੂਰੇ ਪੰਜਾਬ ਨੂੰ ਹਿਲਾਉਣ ਦੀ ਤਾਕਤ ਵੀ ਰੱਖਦੇ ਹਾਂ। ਇਹਨਾਂ ਨੂੰ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਦੱਸ ਦਾਂਗੇ ਵੀ ਅਸੀਂ ਇਹਨਾਂ ਤੋਂ ਆਪਣੇ ਹੱਕ ਕਿਵੇਂ ਲਵਾਂਗੇ। ਭਲੱਥ ਕਾਲਜ, ਗੌਰਮੈਂਟ ਕਾਲਜ ਭਲੱਥ ਵਿਖੇ ਜੁਆਇਨ ਵੀ ਕਰਵਾਇਆ ਗਿਆ, ਠੀਕ ਹੈ, ਇਹ ਉਸਦਾ ਸਬੂਤ ਹੈ, ਠੀਕ ਹੈ, ਮੇਰੀ HRMSID ਬਣੀ ਹੋਈ ਹੈ। ਅੱਜ ਲੱਗਦਾ ਵੀ ਨੰਨੀ ਛਾਵਾਂ ਦਾ ਫਿਕਰ ਕਰਦੇ ਨੇ? ਮੈਨੂੰ ਤਾਂ ਲੱਗਦਾ ਨਹੀਂ ਜੀ, ਇੱਥੇ ਨੰਨੀਆਂ ਛਾਵਾਂ ਤੋਂ ਲੈ ਕੇ ਵੱਡੀਆਂ ਛਾਵਾਂ ਤੱਕ ਸਾਰੀਆਂ ਮੇਰੇ ਬੱਚੇ ਵੀ ਮੇਰੇ ਨਾਲ ਬੈਠੇ ਹੋਏ ਨੇ ਇਸ ਧਰਨੇ ਦੇ ਵਿੱਚ। ਪਿਛਲੇ ਦਿਨਾਂ ਦੇ ਵਿੱਚ ਤੁਹਾਡੀ ਵੀਡੀਓ ਵਾਇਰਲ ਹੁੰਦੀ ਆ, ਕੁਝ ਲੇਡੀਜ਼ ਆਈਆਂ ਤੁਹਾਡੇ ਕੋਲੇ, ਹੈ ਨਾ, ਉਹ ਕੀ ਕਹਿਣ ਵਾਸਤੇ ਆਏ ਸੀ ਤੁਹਾਨੂੰ ਦਰਸ਼ ਦੇਣ ਆਏ ਸੀ ਜਾਂ ਕੀ ਕਹਿਣ ਵਾਸਤੇ ਆਏ ਸੀ? ਸਾਨੂੰ ਦਿਲਾਸਾ ਦੇਣ ਬਾਰੇ ਨਹੀਂ ਸੀ ਆਈਆਂ, ਉਹ ਕਹਿੰਦੀਆਂ ਸੀ ਵੀ ਸਾਡੇ ਜਿਹੜੇ ਸਾਡਾ ਬੇਟਾ ਆ ਤੁਸੀਂ ਉਹਨੂੰ ਜਿਹੜਾ ਆ ਉਹਦਾ ਜ਼ਿੰਦਾਬਾਦ ਮੁਰਦਾਬਾਦ, ਉਹਦਾ ਮੁਰਦਾਬਾਦ ਨਾ ਕਰੋ, ਸਾਨੂੰ ਬੁਰਾ ਲੱਗਦਾ ਆ ਤੁਸੀਂ ਉਹਨਾਂ ਦਾ ਮੁਰਦਾਬਾਦ ਨਾ ਕਰੋ, ਪਰ ਜਿਨ੍ਹਾਂ ਨੂੰ ਦੁੱਖ ਹੈ ਅੰਦਰੋਂ ਉਹਨਾਂ ਨੇ ਤਾਂ ਉਹਨਾਂ ਦੇ ਅੰਦਰੋਂ ਤਾਂ ਮੁਰਦਾਬਾਦ ਹੀ ਨਿਕਲਿਆ ਜੀ, ਉਹਨਾਂ ਅੰਦਰ ਜ਼ਿੰਦਾਬਾਦ ਤਾਂ ਨਿਕਲ ਨਹੀਂ ਹੁੰਦਾ। ਆਮ ਆਦਮੀ ਪਾਰਟੀ ਵੋਟਾਂ ਲੈਣ ਲਈ ਉਸ ਟਾਈਮ ਭੈਣ ਭਰਾ ਬਣ ਗਏ ਸੀਗੇ, ਪਰ ਹੁਣ ਤਾਂ ਸਾਨੂੰ ਇਹ ਲੱਗਦਾ ਕਿ ਮੰਤਰੀ ਬਣਨ ਦੇ ਮਤਲਬ ਭੈਣ ਭਰਾ ਤਾਂ ਬਹੁਤ ਨੇੜੇ ਦੇ ਰਿਸ਼ਤੇ ਹੁੰਦੇ ਨੇ, ਅਗਰ ਇਹ ਮੰਤਰੀ ਵੀ ਠੀਕ ਤਰ੍ਹਾਂ ਬਣ ਜਾਣ ਤਾਂ ਬਹੁਤ ਵੱਡੀ ਗੱਲ ਹੋਏਗੀ। ਔਰ ਸ਼ਾਇਦ ਇਸੇ ਗੱਲ ਦਾ ਹੀ ਇਹਨਾਂ ਨੂੰ ਗਰੂਰ ਹੋ ਗਿਆ ਕਿ ਅਸੀਂ ਤਾਂ 92 ਸੀਟਾਂ ਲੈ ਕੇ ਆ ਗਏ ਹਾਂ, ਤਾਂ ਅਸੀਂ ਸ਼ਾਇਦ ਹੁਣ ਬਹੁਤ ਕੁਛ ਬਣ ਗਏ ਹਾਂ, ਅਤੇ ਲੋਕ ਪਤਾ ਨਹੀਂ ਸਾਨੂੰ ਹੁਣ ਜੇ ਅਸੀਂ ਕੰਮ ਨਾ ਵੀ ਕਰਾਂਗੇ, ਪਰ ਇਹ ਭੁੱਲ ਗਏ ਨੇ ਕਿ ਲੋਕ ਪੰਜਾਬ ਦੇ ਅਵੇਅਰ ਹੋ ਚੁੱਕੇ ਨੇ। ਸਿੱਖਿਆ ਮੰਤਰੀ ਪਹਿਲਾਂ ਕਹਿੰਦੇ ਸੀਗੇ ਅਤੇ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਵੀ ਇਹ ਗੱਲ ਕਹਿੰਦੇ ਸੀਗੇ ਕਿ ਆਪਾਂ ਮਾਈਗ੍ਰੇਸ਼ਨ ਨੂੰ ਰੋਕਣਾ, ਆਪਾਂ ਗੋਰਿਆਂ ਨੂੰ ਨੌਕਰੀ ਦੇਣੀ ਹੈ, ਜੇ ਉਹ ਗੋਰਿਆਂ ਨੂੰ ਨੌਕਰੀ ਦੇਣ ਲੱਗੇ ਉਹਨਾਂ ਦੇ ਆਪਣੇ ਕੈਂਡੀਡੇਟ ਕਿੱਥੇ ਜਾਣਗੇ? ਲੱਗਦਾ ਉਹਨਾਂ ਦੇ ਪੈਨ ਦੀ ਸਿਆਹੀ ਮੁੱਕ ਗਈ ਹੈ ਅਤੇ ਉਹ ਸਾਡੀ ਗੱਲ ਵੀ ਨਹੀਂ ਸੁਣਨਾ ਚਾਹੁੰਦੇ। ਹੁਣ ਤਾਂ ਉਹ ਹਰੇ ਪੈਨ ਦੀ ਗੱਲ ਨਹੀਂ ਕਰਦੇ ਹੈਗੇ? ਬਿਲਕੁਲ ਨਹੀਂ ਸਰ, ਬਿਲਕੁਲ ਵੀ ਨਹੀਂ ਕਰਦੇ। ਸਤਿ ਸ਼੍ਰੀ ਅਕਾਲ, ਮੈਂ ਸੁੱਖੀ ਮੰਘਾਣੀਆ, ਤੁਸੀਂ ਜੁੜੇ ਹੋ ਸਰਲੇਖ ਦੇ ਨਾਲ। ਕਾਲਖ ਦੇ ਬਨਜਾਰਿਓ ਚਾਨਣ ਕਦੇ ਹਰਿਆ ਨਹੀਂ, ਓਏ ਕਿਰਨਾਂ ਦੇ ਕਾਤਲੋ ਸੂਰਜ ਕਦੇ ਵੀ ਮਰਿਆ ਨਹੀਂ। ਸਤਿ ਸ਼੍ਰੀ ਅਕਾਲ, ਮੈਂ ਸੁੱਖੀ ਮੰਘਾਣੀਆ, ਤੁਸੀਂ ਜੁੜੇ ਹੋ ਸਰਲੇਖ ਦੇ ਨਾਲ। ਆਨੰਦਪੁਰ ਸਾਹਿਬ ਦੀ ਇਤਿਹਾਸਿਕ ਧਰਤੀ ਪਿੰਡ ਗੰਭੀਰਪੁਰ ਪਹੁੰਚੇ ਹਾਂ। ਪੰਜਾਬ ਦੇ ਉਚੇਰੀ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦੇ ਪਿੰਡ, ਇਸ ਗੱਲ ਦੇ ਚਸ਼ਮਦੀਦ ਗਵਾਹ ਅਸੀਂ ਵੀ ਹਾਂ। ਜਦੋਂ 2022 ਦੀਆਂ ਵਿਧਾਨ ਸਭਾ ਚੋਣਾਂ ਹੋਈਆਂ ਸੀ ਤਾਂ ਇਹ 1158 ਦੇ ਉਮੀਦਵਾਰ, ਕੁਝ ਉਮੀਦਵਾਰ ਸਿਲੈਕਟ ਹੋ ਗਏ, ਕੁਝ ਨੂੰ ਜੁਆਇਨਿੰਗ ਲੈਟਰ ਮਿਲ ਗਏ ਅਤੇ ਕੁਝ ਜੁਆਇਨਿੰਗ ਲੈਟਰਾਂ ਦੀ ਉਡੀਕ ਵਿੱਚ ਰਹਿ ਗਏ। ਅਤੇ ਉਦੋਂ ਵਿਧਾਨ ਸਭਾ ਦੇ ਚੋਣਾਂ ਦੇ ਵਿੱਚ ਜਿਹੜੇ ਉਮੀਦਵਾਰ MLA ਬਣਨ ਲਈ ਖੜ੍ਹੇ ਹੋਏ ਸੀ ਉਹਨਾਂ ਨੂੰ ਜਦੋਂ ਮੰਗ ਪੱਤਰ ਦਿੱਤੇ ਸੀ ਤਾਂ ਉਦੋਂ ਸਾਡੀ ਟੀਮ ਇਹਨਾਂ ਦੇ ਨਾਲ ਸੀ। ਅਤੇ ਉਦੋਂ ਹਰੇਕ MLA ਹਰੇਕ ਉਮੀਦਵਾਰ ਇਹ ਦਾਅਵਾ ਕਰਦਾ ਸੀ ਕਿ ਸਾਡੀ ਸਰਕਾਰ ਆ ਲੈਣ ਦਿਓ, ਤੁਸੀਂ ਜਲਦੀ ਹੀ ਕਾਲਜਾਂ ਦੇ ਵਿੱਚ ਜਾਓਗੇ। ਅੱਜ ਇਹ 1158 ਦੇ ਉਮੀਦਵਾਰ ਸਿੱਖਿਆ ਮੰਤਰੀ ਦੇ ਦਰਵਾਜ਼ੇ 'ਤੇ ਬੈਠੇ ਨੇ। ਮੇਰੇ ਨਾਲ ਬਹੁਤ ਸਾਰੇ ਕੈਂਡੀਡੇਟ ਨੇ, ਕਰਦਾ ਗੱਲਬਾਤ। ਕੀ ਨਾਮ ਮੈਡਮ ਤੁਹਾਡਾ?
सर, मेरा नाम अतेंद्र पांडे है तो मैं अंग्रेजी सब्जेक्ट की कैंडीडेट हाँ। तो जी साढ़ी 1158 भर्ती है प्रोफेसर की, 25 साल बाद आई है। सो 25 साल बाद सोच सकते हो कि इन्हें लंबे समय बाद नौजवान को मौका मिले उचेरी सिक्ख्या के अपने आप को साबित करन का, पर फिर भी साड़ी पंजाब सरकार साड़ी जी भर्ती है यदि पैरवाई नहीं कर रही। असं पिछले 2-2.5 साल तो यही चीज़ हटा रहे हैं कि साढ़े कुछ कैंडीडेट्स हैगे ने जिन्हों ऑलरेडी जेडे ज्वाइनिंग लैटर्स हैं वो मिल चुके हैं, पर उन्होंने स्टेशन अलॉट नहीं हुए, वो अपनी पिछलियाँ जॉब्स तो रिजाइन देकर आए हुए हैं। तो हजे तक भी उन्होंने उन्होंने निर्वाह का कोई भी उसारू तरीके हेल्पफुल जी सही योजना है वो नहीं मिली है। तो इस तो इलावा असी सरकार दे बहुत वार उन्होंने मांग पत्र दे चुके हैं, उन्होंने मीटिंगा कर चुके हैं, मीटिंगा तो बिना उस मीटिंगा करन दे नाल भी सानू कोई उन्होंने वालों सही तरीके नाल ही जी चीज़ नहीं मिल रही कि हाँ साड़ी कोई हेल्प हो रही है। तो असी हुण पक्के धरने ते आ चुके हैं, अज साडा 17वां दिन है, तो असी हरजोत बैंस के पिंड पहुँचे हुए हैं। तो उम्मीद करते हैं कि इस चीज़ को देख के असी इस इतिहासिक धरती के उत्ते बैठे हैं कि शायद वो साडे भविख नू देखणगे, साडी जल्दी तो जल्दी सुनवाई करनगे। तुहाडा की स्टेटस है इस 1158 दी पोस्ट दे विच? सर मैं अंग्रेजी सब्जेक्ट हूँ तो साड़िया लिस्टा पै चुकिया ने, लिस्टा के साडे नाम आ चुके ने, पर हले सानू ना साडा कोई स्टेशन मिले है तो ना ही साड़ी कोई अगली कार्रवाई हुई है। मतलब साढ़े सिर्फ लिस्टा के नाम आ चुके ने, साड़ी अगली कार्रवाई जी सारी वो पेंडिंग है। असी जल्दी सरकार तो मंग करते हैं कि सानू हुण इन्ना लंबा समा हो गया है, असी मानसिक पीड़ा हंडा रहे हैं, तो जल्दी जी साड़ी यह कार्रवाई वो पूरी की जाए, तो साड़िया लिस्टा तो बाद साढ़े स्टेशन भी रिलीज़ किए जाने, फटाफट सानू साढ़े स्टेशन से भेजा जाए। मेरा जसमिंदर कौर। इस भर्ती के दसो पहले तो की स्टेटस है? हाँ जी, मेरा सब्जेक्ट कैमिस्ट्री है, तो सानू ज्वाइनिंग लैटर मिल चुके हैं, तो 2 दिसंबर नू मिलिया सीगा ज्वाइनिंग लैटर, तो उस तो बाद सानू DPI हैड उत्थे ज्वाइनिंग भी हुई हुई है, तो उहदे फिर रिगार्डिंग च असी पिछलियां नौकरियां तो भी रिजाइन किया, तो अज सरकार मतलब साडी नौकरी करदे सी। हाँ जी, मैं प्राइवेट कॉलेज जॉब करदी सीगी, तो उत्थों फिर रिजाइन दे के मैं उधर ज्वाइन किया, गवर्नमेंट जिहड़ी इहदे च सिलैक्शन हुई, तो हुण फिर ये जो स्टे लगी तो सरकार हुण यह भी गल नहीं सुन रही, तो हरजोत बैंस जी इत्थे आंदे है तो उन्होंने मतलब इत्थों लंघे का कोई गल नहीं सुनी साडी हजे तक। तो हरजोत बैंस तो अक्सर कहते होंगे कि धरना लाओ तुम मेरे को सीधे आओ, तुम सीधे क्यों नहीं आते? सर उन्हें गए सिगे पल की कहते हैं जो सीधे मिलते हैं तुम तो लगता नहीं गंभीरपुर का मंत्री गंभीर नहीं है? सर बिल्कुल नहीं नहीं सर। मैं की नाम तुम्हारा? मेरा नाम संदीप कौर है जी, मेरा सब्जेक्ट ज्योग्राफी है। मेरी भी बाकी कैंडिडेट्स 483 कैंडिडेट्स वांगू मेरी भी ज्वाइनिंग जी DPI हुई हुई है, पर अजे तक जोड़ा है वो सानू साढ़े स्टेशन नहीं दिते गए, जिदे करके असी पिछले 2 सालों तो जोड़े असी इस उड़ीक चा कि कदम सानू स्टेशन दिते जाएंगे, कदम सानू कॉलेजों में भेजा जाएगा। पिछले 2 सालों तो सानू मीटिंग्स जरूर मिल रही ने, पर मीटिंग्स मिलन के नाल साडी जिहड़ी प्रॉब्लम्स है उहदा कोई हल जिहड़ा है वह नहीं कढ़िया जा रहा, क्योंकि साढ़े बहुत सारे कैंडिडेट्स वो ने जिहड़ा ने PhD होल्डर्स ने जिहड़े नैट क्वालीफाइड ने, एक प्रोफेसर जिहड़ा रैंक का बंदा है जो सड़कों पर बैठा तो मजबूर होकर बैठा होया, जिन्हां विच बहुत सारे कैंडिडेट जिहड़े ने वो अपनियां नौकरियां तो रिजाइन दे के इत्थे बैठे हुए ने। तो मैं लगता है कि साढ़े एजुकेशन मिनिस्टर थोड़ा सोचना चाहिए भी इतने देखो कि सारिया मेरे नाल लेडीज़ ने, असी वूमेन एम्पावरमेंट की गल करते हैं, पर इतने देखो भी साड़िया जिहड़ियां पहलियां जॉब्स ने उन्होंने तो भी सानू रेजिग्नेशन दे के जॉब्स जिहड़ियां ने मिलियां सीगियां जिन्हों हज तक जिहड़ा पूरा नहीं किया गया। मेरी रिक्वेस्ट है साडी सरकार साडे बारे सोचे, इस भर्ती नू सिरे चढ़ावे, पिछली भर्ती जिहड़ी लटकी हुई सी पिछले 25 सालों तो कोई भटकी भर्ती नहीं हुई, उस तो बाद जो ये भर्ती आई है इसनों भी लटकाउण दीआं पूरीआं कोशिशां कीतीआं जा रहीआं ने। मैनूं लगदा भी सरकारी कॉलेजां नूं डोबण दी पूरी पूरी कोशिश जिहड़ी आ उह सरकारां वल्लों कीती जा रही है। अज लगदा भी नन्ही छावां दा फिकर करदे ने उह? मैनूं तां लगदा नहीं जी, इत्थे नन्हियां छावां तों लै के वड्डियां छावां तक सारियां मेरे बच्चे भी मेरे नाल बैठे हुए ने इस धरने दे विच, जदों क्योंकि मैं अपने घर तों आउंदी आ, मैं घर बच्चों नूं छड्ड नहीं सकदी, मैं बच्चों नाल लै के इस धरने विच बैठी हाँ, बच्चों नूं भी हुण महसूस होना शुरू हो गया कि साडी मदर नूं कदों नौकरी मिलेगी, कदों साडी मदर कॉलेज आऊगी, और उह सोचदे मम्मा तुहाडा धरना जिहड़ा आ उह कदों खत्म होगा, कदों तुसीं कॉलेज विच जाओगे। तो मैनूं लगदा वा भी असीं उह औरतां आ जिहड़ियां कि सरकारी स्कूलों तो पढ़िया हुई आ, सरकारी कॉलेजों में पढ़िया हुई आ, जिन्हों नूं जिहड़ा आ उह रोल ऑफ ऑनर्स दे अवार्ड्स नाल जिहड़ा सम्मानित किया जाता है अपने कॉलेजेस दे विच, ते हुण जिहड़ा असीं इत्थे बैठ के सरकार तो भीख मंग रहे हैं कि सानूं नौकरी दित्ती जाए, ये साडे नाल कोई इंसाफ नहीं है जी। अच्छा पिछले दिनों दे विच तुहाडी वीडियो वायरल हुंदी आ, कुछ लेडीज आईआं तुहाडे कोले, है ना, वो की कहने वास्ते आई सी तुहानूं, तुहानूं दस देना आई सी जां की कहने वास्ते आई सी?
ਸਾਨੂੰ ਦਿਲਾਸਾ ਦੇਣ ਬਾਰੇ ਨਹੀਂ ਸੀ ਆਈਆਂ ਉਹ ਕਹਿੰਦੀਆਂ ਸੀ ਵੀ ਸਾਡੇ ਜਿਹੜੇ ਸਾਡਾ ਬੇਟਾ ਆ ਤੁਸੀਂ ਉਹਨੂੰ ਜਿਹੜਾ ਆ ਉਹਦਾ ਜ਼ਿੰਦਾਬਾਦ ਮੁਰਦਾਬਾਦ ਉਹਦਾ ਮੁਰਦਾਬਾਦ ਨਾ ਕਰੋ ਸਾਨੂੰ ਬੁਰਾ ਲੱਗਦਾ ਆ ਤੁਸੀਂ ਉਹਨਾਂ ਦਾ ਮੁਰਦਾਬਾਦ ਨਾ ਕਰੋ ਪਰ ਜਿਹਨਾਂ ਉਹਨੂੰ ਦੋਖਿਆ ਅੰਦਰੋਂ ਉਹਨਾਂ ਨੇ ਤਾਂ ਉਹਨਾਂ ਦੇ ਅੰਦਰ ਤਾਂ ਮੁਰਦਾਬਾਦ ਹੀ ਨਿਕਲਿਆ ਜਿਹਾ ਉਹਨਾਂ ਅੰਦਰ ਜ਼ਿੰਦਾਬਾਦ ਤਾਂ ਨਿਕਲਣੇ ਲੱਗਾ ਸਾਨੂੰ ਵੀ ਨੌਕਰੀਆਂ ਦਿੰਦੇ ਅਸੀਂ ਵੀ ਜ਼ਿੰਦਾਬਾਦ ਕਰ ਦਿੰਦੇ ਅਸੀਂ ਵੀ ਜਿਹੜਾ ਆ ਉਹ ਟਵਿੱਟਰ 'ਤੇ ਉਹਨਾਂ ਦੇ ਗੁਣ ਗਾ ਲੈਂਦੇ ਉਹਨਾਂ ਵਾਂਗੂ ਅਸੀਂ ਵੀ ਕਰ ਲੈਂਦੇ ਸੀ ਕੀ ਨਾਮ ਤੁਹਾਡਾ ਮੇਰਾ ਨਾਮ ਗੁਰਪ੍ਰੀਤ ਕੌਰ ਹੈ ਜੀ ਅਤੇ ਮੈਂ ਜ਼ੂਲੋਜੀ ਵਿਸ਼ੇ ਦੇ ਵਿੱਚ ਸਿਲੈਕਟਡ ਕੈਂਡੀਡੇਟ ਹਾਂ ਮੈਨੂੰ 2 December ਨੂੰ ਜੁਆਇਨਿੰਗ ਲੈਟਰਸ ਮਿਲੇ ਸੀਗੇ ਹੈੱਡਕੁਆਰਟਰ ਜੁਆਇਨਿੰਗ ਵੀ ਹੋਈ ਉਸ ਤੋਂ ਬਾਅਦ 2 ਸੈਲਰੀ ਲੈਟਰਸ ਵੀ ਇਸ਼ੂ ਹੋਏ ਪਰ ਹੁਣ ਤੱਕ ਨਾ ਤਾਂ ਸਾਨੂੰ ਕੰਮ ਦਿੱਤਾ ਗਿਆ ਅਤੇ ਨਾ ਹੀ ਸਾਨੂੰ ਅੱਗੇ ਕੋਈ ਰਿਲੀਫ ਦੀ ਉਮੀਦ ਵੀ ਨਜ਼ਰ ਆ ਰਹੀ ਹੈ ਜਿਸ ਤਰ੍ਹਾਂ ਦਾ ਐਜੂਕੇਸ਼ਨ ਮਿਨਿਸਟਰ ਦਾ ਬਿਹੇਵੀਅਰ ਸਾਡੇ ਪ੍ਰੋਟੈਸਟ ਨੂੰ ਲੈ ਕੇ ਹੈ ਜੁਆਇਨ ਲੈਟਰ ਕਿਹਨੇ ਦਿੱਤਾ ਤੁਹਾਨੂੰ ਸਰ 2 December ਨੂੰ ਮਿਲਿਆ ਸੀ ਜੀ ਕਿਹਨੇ ਦਿੱਤਾ ਸੀ ਡਿਪਾਰਟਮੈਂਟ ਦੇ ਵਿੱਚ ਸਰ ਜੁਆਇਨਿੰਗ ਹੋਈ ਕ੍ਰਿਸ਼ਨ ਕੁਮਾਰ ਸੀਗੇ ਉਸ ਟਾਈਮ ਦੇ ਸੈਕਟਰੀ ਉਹਨਾਂ ਨੇ ਦਿੱਤਾ ਸੀ ਕੋਈ ਲੱਗਦਾ ਵੀ ਪਹਿਲਾਂ ਨਹੀਂ ਕਾਂਗਰਸ ਅਤੇ ਅਕਾਲੀਆਂ ਦੇ ਇਹਨਾਂ 'ਚ ਫਰਕ ਹੈ ਕੋਈ ਹੁਣ ਸਰ ਬਿਲਕੁਲ ਨਹੀਂ ਸਰ ਲੱਗਦਾ ਸ਼ਾਇਦ ਨਾਮ ਬਦਲ ਜਾਂਦੇ ਨੇ ਨੀਤੀਆਂ ਸੇਮ ਹੀ ਰਹਿੰਦੀਆਂ ਜੇ ਮੈਂ ਆਪਣੀ ਗੱਲ ਕਰਾਂ ਤਾਂ ਮੈਨੂੰ ਲੱਗਦਾ ਸੀ ਗ੍ਰੈਜੂਏਸ਼ਨ ਤੋਂ ਬਾਅਦ ਮੇਰੇ ਕੋਲ ਬਹੁਤ ਸਾਰੀਆਂ ਓਪਰਚੁਨਿਟੀਜ਼ ਸੀਗੀਆਂ ਪਰਿਵਾਰ ਰਿਸ਼ਤੇਦਾਰਾਂ ਨੇ ਕਿਹਾ ਕਿ ਬਾਹਰ ਆਇਲਸ ਕਰੋ ਅਤੇ ਬਾਹਰ ਜਾਓ ਬਹੁਤ ਬ੍ਰਾਈਟ ਫਿਊਚਰ ਹੈ ਮੈਂ ਉਹਨਾਂ ਨੂੰ ਇਗਨੋਰ ਕੀਤਾ ਕਈਆਂ ਨੇ ਮੈਨੂੰ ਕਿਹਾ ਸਕੂਲ ਐਜੂਕੇਸ਼ਨ ਦੇ ਵਿੱਚ ਫਿਊਚਰ ਹੈ ਬੀ ਐਡ ਕਰ ਲਓ ਬਟ ਅਸੀਂ ਉਹਨਾਂ ਚੀਜ਼ਾਂ ਨੂੰ ਉਸ ਪੀਅਰ ਪ੍ਰੈਸ਼ਰ ਨੂੰ ਇਗਨੋਰ ਕਰਕੇ ਹਾਇਰ ਐਜੂਕੇਸ਼ਨ ਨੂੰ ਚੂਜ਼ ਕੀਤਾ ਅਤੇ ਇਹੀ ਸਾਡਾ ਫਾਲਟ ਹੈ ਕਿਉਂਕਿ ਅੱਜ ਤੁਸੀਂ ਦੇਖ ਹੀ ਰਹੇ ਹੋ ਅਗਰ ਸਕੂਲ ਐਜੂਕੇਸ਼ਨ ਦੇ ਵਿੱਚ ਰਿਕਰੂਟਮੈਂਟਸ ਐਟਲੀਸਟ 2-3 ਬਾਅਦ ਫਿਰ ਵੀ ਹੋ ਜਾਂਦੀਆਂ ਨੇ ਪਰ ਹਾਇਰ ਐਜੂਕੇਸ਼ਨ ਦੇ ਵਿੱਚ 25 ਬਾਅਦ ਆਈ ਭਰਤੀ ਦਾ ਹਾਲ ਤੁਸੀਂ ਦੇਖ ਹੀ ਲਿਆ ਇੱਥੇ ਬੈਠੇ ਕੈਂਡੀਡੇਟਸ ਇੱਕ ਤਰ੍ਹਾਂ ਨਾਲ ਮੁਜ਼ਾਹਰਾ ਕਰ ਰਹੇ ਨੇ ਕਿ ਉਹਨਾਂ ਨੇ ਉਚੇਰੀ ਸਿੱਖਿਆ ਜਿਹੜੀ ਚੁਣੀ ਸੀਗੀ ਉਸ ਕਰਕੇ ਉਹਨਾਂ ਨੂੰ ਹੁਣ ਅੱਜ ਕੀ ਭੁਗਤਣਾ ਪੈ ਰਿਹਾ ਡਰ ਲੱਗਦਾ ਇਹਨਾਂ ਨੇ ਜਿਹੜੀ 646 ਭਰਤੀ ਮੇਰੇ ਚੰਗੀ ਤਾਂ ਉਹਨਾਂ ਨੂੰ ਜਾਣਦਾ ਕੈਂਡੀਡੇਟ ਨੂੰ ਸਾਰੇ ਨਾਲ ਸਿੱਧੇ ਤੌਰ 'ਤੇ ਤੁਸੀਂ ਵੀ ਸਪੋਰਟ ਕੀਤੀ ਹੋਊਗੀ ਆਮ ਆਦਮੀ ਪਾਰਟੀ ਸਾਰਿਆਂ ਨੇ ਸਪੋਰਟ ਕੀਤੀ ਹੈਗੀ ਮੈਂ ਤਾਂ ਇਹ ਕਹੂੰਗਾ ਮੀਡੀਆ ਵੀ ਸਪੋਰਟ ਕਰਦਾ ਜੱਜ ਕੇ ਵੀ ਚਲੋ ਸਰਕਾਰ ਬਦਲ ਸਰਕਾਰ ਬਦਲ ਜੇ ਉਹਨਾਂ ਦੀ ਭਰਤੀ ਰੱਦ ਕਰੀ ਹਾਲਾਂਕਿ ਅਰਵਿੰਦ ਕੇਜਰੀਵਾਲ ਨੇ ਉਹਨੂੰ ਭੈਣ ਵੀ ਕਿਹਾ ਸੀ ਜਾ ਕੇ ਹਾਂਜੀ ਬਿਲਕੁਲ ਸਰ ਇਹ ਆਮ ਆਦਮੀ ਪਾਰਟੀ ਵੋਟਾਂ ਲੈਣ ਲਈ ਉਸ ਟਾਈਮ ਭੈਣ ਭਰਾ ਬਣ ਗਏ ਸੀਗੇ ਪਰ ਹੁਣ ਤਾਂ ਸਾਨੂੰ ਇਹ ਲੱਗਦਾ ਕਿ ਮੰਤਰੀ ਬਣਨ ਦੇ ਮਤਲਬ ਭੈਣ ਭਰਾ ਤਾਂ ਬਹੁਤ ਨੇੜੇ ਦੇ ਰਿਸ਼ਤੇ ਹੁੰਦੇ ਨੇ ਅਗਰ ਇਹ ਮੰਤਰੀ ਵੀ ਠੀਕ ਤਰ੍ਹਾਂ ਬਣ ਜਾਣ ਤਾਂ ਬਹੁਤ ਵੱਡੀ ਗੱਲ ਹੋਏਗੀ ਕੀ ਨਾਮ ਤੁਹਾਡਾ ਮੇਰਾ ਨਾਮ ਡਾਕਟਰ ਪਰਮਿੰਦਰਜੀਤ ਕੌਰ ਹੈ ਕੀ ਸਬਜੈਕਟ ਹੈ ਕਾਹਦੀ ਪੋਸਟ ਦੇ ਮੈਂ ਪੋਲੀਟੀਕਲ ਸਾਇੰਸ ਮੇਰਾ ਸਬਜੈਕਟ ਹੈ ਅਸਿਸਟੈਂਟ ਪ੍ਰੋਫੈਸਰ ਮਤਲਬ ਮੇਰੀ ਸਿਲੈਕਸ਼ਨ ਹੋਈ ਹੈ ਅਤੇ ਮੇਰੀ ਜੁਆਇਨਿੰਗ ਜਿਹੜੀ ਹੈ ਹਾਇਰ ਐਜੂਕੇਸ਼ਨ ਡਿਪਾਰਟਮੈਂਟ 'ਚ ਹੋ ਚੁੱਕੀ ਹੈ ਔਰ ਮੈਂ ਤੁਹਾਨੂੰ ਦੱਸ ਦੇਵਾਂ ਕਿ ਸਾਡੀ ਹਾਇਰ ਐਜੂਕੇਸ਼ਨ ਦਾ ਪੰਜਾਬ 'ਚ ਇੰਨਾ ਮਾੜਾ ਹਾਲ ਹੈ ਕਿ ਮੇਰੀ ਸਿਲੈਕਸ਼ਨ ਪਹਿਲਾਂ ਰਵੀ ਸਿੱਧੂ ਕੇਸ 'ਚ ਵੀ 2001 'ਚ ਹੋ ਚੁੱਕੀ ਹੈ ਔਰ ਉਸ ਤੋਂ ਕਿਉਂਕਿ ਮੈਂ ਰਿਟ ਪਟੀਸ਼ਨਰ ਨਹੀਂ ਸੀ ਇਸ ਕਰਕੇ ਉਹ ਜਿਹੜੀ ਭਰਤੀ ਹੈ ਉਹਦੇ ਵਿੱਚ ਮੇਰੀ ਮਤਲਬ ਜੁਆਇਨਿੰਗ ਨਹੀਂ ਹੋ ਸਕੀ ਪਰ ਉਹ ਭਰਤੀ ਜਿਹੜੀ ਹੈ ਤੁਸੀਂ ਦੇਖੋ ਵੀ 2001 ਤੋਂ ਲੈ ਕੇ ਅਜੇ ਤੱਕ ਵੀ ਹਾਈ ਕੋਰਟ ਦੇ ਵਿੱਚ ਲਟਕ ਰਹੀ ਹੈ ਔਰ ਉਸ ਤੋਂ ਬਾਅਦ 25 ਬਾਅਦ ਇਹ ਭਰਤੀ ਆਈ ਹੈ 1158 2021 ਦੇ ਵਿੱਚ ਤਾਂ ਇਹਦੇ ਵਿੱਚ ਫਿਰ ਮੇਰੀ ਸਿਲੈਕਸ਼ਨ ਹੋਈ ਮੇਰੀ ਅਪੁਆਇੰਟਮੈਂਟ ਹੋਈ ਮੇਰੀ ਜੁਆਇਨਿੰਗ ਵੀ ਹੋ ਗਈ ਡਿਪਾਰਟਮੈਂਟਸ ਸਟੇਸ਼ਨ ਜਿਹੜੇ ਨੇ ਉਹ ਅਜੇ ਤੱਕ ਸਰਕਾਰ ਸਾਨੂੰ ਜਿਹੜੇ ਹੈ ਨਹੀਂ ਦਿੱਤੇ ਇਹ ਮਸਲਾ ਜਿਹੜਾ ਹੈਗਾ ਅਸਲ ਦੇ ਵਿੱਚ ਪਾਰਟੀ ਪੋਲੀਟਿਕਸ ਦਾ ਮਸਲਾ ਪਰ ਮੈਂ ਸਰਕਾਰ ਨੂੰ ਇਹ ਸਵਾਲ ਪੁੱਛਣਾ ਚਾਹੁੰਦੀ ਹਾਂ ਵੀ ਜਦੋਂ ਸਰਕਾਰ ਸਾਡੇ ਤੋਂ ਵੋਟਾਂ ਮੰਗਦੀ ਹੈ ਤਾਂ ਕਹਿੰਦੀ ਹੈ ਕਿ ਸਾਰੇ ਲੋਕ ਸਾਡੇ ਨੇ ਉਦੋਂ ਤਾਂ ਕੋਈ ਪਾਰਟੀ ਨਜ਼ਰ ਨਹੀਂ ਆਉਂਦੀ ਅੱਜ ਪਾਰਟੀ ਪੋਲੀਟਿਕਸ ਕਿਉਂ ਨਜ਼ਰ ਆ ਰਹੀ ਹੈ ਅੱਜ ਇਹ ਕਿਉਂ ਮਤਲਬ ਸਰਕਾਰ ਨੂੰ ਲੱਗਦਾ ਵੀ ਇਹ ਭਰਤੀ ਜਿਹੜੀ ਆ ਕਾਂਗਰਸ ਨੇ ਕੱਢੀ ਸੀ ਅਤੇ ਅਸੀਂ ਨਹੀਂ ਪੂਰੀ ਕਰਨੀ ਠੀਕ ਹੈ ਭਰਤੀ ਚਾਹੇ ਪਿਛਲੀ ਸਰਕਾਰ ਦੀ ਸੀ ਦੇਖੋ ਕੰਮ ਐਂ ਤਾਂ ਨਹੀਂ ਹੁੰਦਾ ਸਰਕਾਰ ਜਿਹੜੀ ਪਿਛਲੀ ਹੁੰਦੀ ਜਿਹਨੇ ਸ਼ੁਰੂ ਕੀਤੇ ਆ ਅਤੇ ਅਗਲੀ ਸਰਕਾਰ ਉਹਨੂੰ ਖਤਮ ਕਰ ਦਿੰਦੀ ਹੈ ਇਸ ਤਰ੍ਹਾਂ ਤਾਂ ਨਹੀਂ ਨਾ ਹੁੰਦਾ ਠੀਕ ਹੈ ਕੰਮ ਪ੍ਰਸ਼ਾਸਨ ਦੇ ਕਦੀ ਰੁਕ ਜਾਂਦੇ ਨੇ ਸਰਕਾਰਾਂ ਬਦਲਣਾ ਅਤੇ ਫਿਰ ਇਹ ਭਰਤੀ ਜੇ ਸਾਡਾ ਇਹਦੇ ਵਿੱਚ ਕੀ ਫਾਲਟ ਹੈ ਸਾਡਾ ਤਾਂ ਕੋਈ ਫਾਲਟ ਨਹੀਂ ਨਾ ਪੋਲੀਟੀਕਲ ਸਬਜੈਕਟ ਪੜ੍ਹਾਉਣਾ ਹੈ ਲੱਗਦਾ ਵੀ ਰਾਜਨੀਤੀ ਬਦਲਣ 'ਤੇ ਆਏ ਹੋਏ ਨੇ ਇਹ ਤਾਂ ਕਹਿੰਦੇ ਸੀ ਅਸੀਂ ਰਾਜਨੀਤਿਕ ਬਦਲਾਅ ਕਰਾਂਗੇ ਲੱਗਦਾ ਤਾਂ ਇਹੀ ਸੀ ਸ਼ਾਇਦ ਇਸ ਉਮੀਦ ਨਾਲ ਹੀ ਲੋਕਾਂ ਨੇ 92 ਦੇ ਕੇ ਇਹਨਾਂ ਨੂੰ ਜਿਤਾਇਆ ਪੂਰਨ ਬਹੁਮਤ ਦੇ ਨਾਲ ਔਰ ਸ਼ਾਇਦ ਇਸੇ ਗੱਲ ਦਾ ਹੀ ਇਹਨਾਂ ਨੂੰ ਗਰੂਰ ਹੋ ਗਿਆ ਕਿ ਅਸੀਂ ਤਾਂ 92 ਲੈ ਕੇ ਆ ਗਏ ਹਾਂ ਤਾਂ ਅਸੀਂ ਸ਼ਾਇਦ ਹੁਣ ਬਹੁਤ ਕੁਛ ਬਣ ਗਏ ਹਾਂ ਅਤੇ ਲੋਕ ਪਤਾ ਨਹੀਂ ਸਾਨੂੰ ਹੁਣ ਜੇ ਅਸੀਂ ਕੰਮ ਨਾ ਵੀ ਕਰਾਂਗੇ ਪਰ ਇਹ ਭੁੱਲ ਗਏ ਨੇ ਕਿ ਲੋਕ ਪੰਜਾਬ ਦੇ ਅਵੇਅਰ ਹੋ ਚੁੱਕੇ ਨੇ ਪੜ੍ਹੇ ਲਿਖੇ ਨੇ ਅਵੇਅਰ ਹੋ ਚੁੱਕੇ ਆ ਜੇ ਇਹ ਕੰਮ ਨਹੀਂ ਕਰਨਗੇ ਤਾਂ ਇਹਨਾਂ ਦਾ ਵੀ ਉਹੀ ਹਾਲ ਹੋਊਗਾ ਜਦੋਂ ਦੇਖੋ ਇੰਨੇ ਸਾਲਾਂ ਤੋਂ ਐਸਟੈਬਲਿਸ਼ਡ ਜਿਹੜੀਆਂ ਮੇਨ ਸਟ੍ਰੀਮ ਪਾਰਟੀਆਂ ਸੀ ਉਹਨਾਂ ਦਾ ਇਹ ਹਾਲ ਹੋਇਆ ਤਾਂ ਜੇ ਇਹ ਕੰਮ ਨਹੀਂ ਕਰਨਗੇ ਤਾਂ ਇਹਨਾਂ ਦਾ ਵੀ ਇਹੀ ਹਾਲ ਹੋਊਗਾ ਉਹ ਲੰਘਦੇ ਹੋਣਗੇ ਸਿੱਖਿਆ ਮੰਤਰੀ ਸਾਹਿਬ ਹਾਂਜੀ ਲੰਘਦੇ ਨੇ ਬਾਕਾਇਦਾ ਲੰਘਦੇ ਨੇ ਔਰ
जबकि उन्होंने चाहिए एजुकेशन मिनिस्टर ने गल्लां सिक्ख्या क्रांति दी कर दिया ने कि सिक्ख्या क्रांति का मतलब स्कूल एजुकेशन है, स्कूल एजुकेशन तो बाद साढ़े बच्चे कित्थे जाणगे। हायर एजुकेशन नू डिवेलप किए बिना, इनू सुरक्षित किए बिना, ठीक है, इन्हां दी सिक्ख्या क्रांति का कोई मतलब नहीं है। की नाम है तुहाडा? सर मेरा नाम प्रियंका, मैं कंप्यूटर साइंस दी जॉइंट कैंडीडेट हाँ। इहदे विच की स्टेट्स है तुहाडा? सर हले सानू डिपार्टमेंटल जॉइनिंग कराई हुई है, साढ़े तो मेरे सब्जेक्ट तो स्पेसीफिकली मैं कहाँ तो साढ़े तो काम भी लिता गया है 2 महीने DPI ऑफिस पर तनखा मिली होदी? सर नहीं, सैलरी ऑर्डर रिलीज़ हुए थे बट ओदा फिर सानू कोई बेनीफिट नहीं मिले, सानू कोई सैलरी नहीं मिली। की कहना चाहते हो सिक्ख्या मंत्री साहब नू, मुख्यमंत्री साहब नू? सर मैं यही गल कहना चाहती हूँ, सिक्ख्या मंत्री पहला कहिंदे सीगे ते साडे माननीय मुख्यमंत्री साहब भी ये गल कहिंदे सीगे कि आपां माइग्रेशन नू रोकना है, आपां गोरियां नू नौकरी देनी है, जे वो गोरियां नू नौकरी देण लगे उन्हां दे अपने कैंडीडेट कित्थे जाणगे, तो यह गल वो कहिंदे सीगे। हुण पंजाब दा हर, क्योंकि हायर एजुकेशन दे इन्ने माड़े हाल ने, बच्चा इत्थे पढ़ के सैटल नहीं हो सकता, इस करके उन्हां नू मजबूरी उन्हां दे कोल कि उन्हां नू माइग्रेशन करनी पैंदी, उन्हां नू दूजे गोरियां दे कोल नौकरी करन जाना जाना पैंदा है, पर यह कहिंदे सीगे आपां गोरियां नू इत्थे नौकरी देनी है। तो मैं उन्हां नू ये पूछना चाहती, ये बदलाव की सरकार है, आपां इस उम्मीद नाल उन्हां नू वोटां दित्तियां सीगियां कि वो कल नू आपां इन्ने पढ़े लिखे, सब तो पढ़ा लिखा वर्ग जिहड़ा समाज का कहा जाता, असी वो होकर इत्थे सड़कां तां रुड़ रहे, क्या ये बदलाव है? कल 1158 कैंडीडेट नहीं, मैं बहुत सारिया भर्ती कैंडीडेट नूं जानदा जिन्हां ने जच के सपोर्ट की सी चोणां दौरान, की गल्लां सी अज की गल्लां ने, किन्ना क फर्क नज़र आउंदा? सर बहुत फर्क है, चोणां तो पहले तो जो असी इन्हां नूं मिले सीगे CM साहब नूं, तां उन्होंने ये गल कही सी कि साडी सरकार आंदे ही साडा हरा पैन तुहाडे पक्ष ते पक्ष दे विच होऊगा, पर हुण लगदा उन्हां दे पैन दी स्याही मुक गई है, तो वो साड़ी गल भी नहीं सुनना चाहते, हम तो हरे पेन की गल नहीं करते है। बिल्कुल नहीं सर, बिल्कुल भी नहीं करते गल, सगो साड़ी जिहड़ी लास्ट मीटिंग हुई है उस विच सानू शिक्षा मंत्री ने यह गल कही है कि तुसी मैं तुहाडा कोई हल नहीं कर सकता, तुसी आराम नाल धरना लाओ, मैं तुहाडे लंगर पानी का भी बंदोबस्त कर दूंगा, ये गल भी उन्होंने सानू कही है। तो आप उन्होंने इनवर्ट के अटकल है जी, कोर्ट गल है सर, कोर्ट के LPA का स्टेटस, LPA फाइल करन दे बाद कुछ सर्विस कंप्लीट करन दे प्रोसेस होंगे ने, ये सर्विस कंप्लीट करन दे, क्योंकि सरकार इस भर्ती पूरा करना ही नहीं चाहती, एक कांग्रेस की भर्ती सी, उन्होंने लगता है जे आप नहीं ना ये भर्ती पूरी करती तो क्रैडिट कांग्रेस को जाएगा, इस करके आप सरकार इनू कोर्ट के जान पुछ के लटका रही है। आप 1.5 साल इन्हों टेबल टॉक पर भी रहे हैं, तो उस वेले भी सानू सिर्फ मिठिया गोलियां ही मिलती सी। की नाम है जी? सत श्रीकाल सर, मैं सुखप्रीत सिंह, हिस्ट्री सब्जेक्ट तो हाँ, ठीक है। मैं 1158 असिस्टेंट प्रोफेसर सिलेक्ट होया हाँ, तो सानू 2 तरीक नू ज्वाइनिंग करवाया गया डिपार्टमेंट के, उस तो बाद साड़ियां 2-3 बार लिस्ट, 2 बार लिस्टा निकलियां, 1 बार सानू अलग अलग कॉलेजों के भेजा गया, मेरे को सर उसका बकायदा सबूत है, लिस्टा के बावजूद मैनू एक भुलथ कॉलेज गौरमेंट कॉलेज भुलथ विखे ज्वाइन भी करवाया गया, ठीक है, ये उसका सबूत है, ठीक है। मेरी HRMS ID बनी हुई है, मैं लास्ट से बस बाकी मेरे सारे काबिल साथियों ने सच्चाई दस दी है, तो मैं यही कहांगा कि यह बदलाव वाली सरकार नहीं है, ये बदले वाली सरकार है। मैं वो कैबिनेट मीटिंग, पहली कैबिनेट मीटिंग चंडीगढ़ के जो हुई सी, मैं वो सुनी सी, मान साहब ने यही कहा भी असी किसी भी किस्म का बदले वाली राजनीति नहीं करांगे, ठीक है, पर साडे तो जिहड़े पुरानियां सरकारां दा सी उसका बदला साढ़े तो लिया जा रहा 1158 कैंडीडेट तो। इस कोई शक नहीं है कि यह भर्ती जिहड़ी सी कांग्रेस सरकार वेले कढ़ी गई सी, हुण इह कांग्रेस वेले ही भर्ती कढ़ी होण करके जिहड़ी इह मान सरकार है इह साढ़े तो बदला लै रही है, क्योंकि रुलिया तो सानू जा रहा, सरकार तो जिहड़े पहला नुमाइंदे सीगे सरकारां दे उह तां आपदे आपदे घरे बैठे हुए ने, रुल तां असीं रहे हां सड़कां ते। मैं तो लास्ट इह कहांगा कि इह बदलाव वाली सरकार नहीं, इह बदले वाली सरकार है। जिहड़े MLA तो दावे करदे तुहानू मिल के तुहाडी जदों मंग पत्र दिंदे हुंदे सीगे वी असीं तुहाडी भर्ती पहल दे आधार ते, उह हुण कदे MLA ने ऑफ द रिकॉर्ड ही गल कही होवे कि कहा होवे तुहानू मैंने कोई ना भाई फिक्र ना असीं तुहाडा हल करांगे, कोई कहिंदा गा? नहीं सर, बकायदा हरजोत बैंस सिक्ख्या मंत्री ने दो बार यह गल कही हुई है भी ये जिहड़े बच्चे ने बहुत शानदार बच्चे ने, असीं इन्हां नूं जल्द तो जल्द कॉलेजां दे विच भेजांगे। पर देखो सर, कहनी ते करनी दे विच किन्ना फर्क है, ठीक है। एक बार तो असीं ऑन द रिकॉर्ड सर विधानसभा दे विच ऑन द रिकॉर्ड यह गल कही गई सी कि यह बहुत शानदार बच्चे ने ते 1158 प्रोफेसर बहुत जल्द कॉलेजां दे विच आउणगे, पर जदों असीं टेबल टॉक ते आउणे आ सारियां गल्लां पासे छड्ड के तां की आ कि उत्थे सानूं धक्के मारे जांदे आ, कहा जांदा कि इह तुहाडी भर्ती कोर्ट दे विच है, ठीक है, तो मैं तुहाडा कुछ नहीं कर सकता गा। बकायदा तुसीं देख लो सर 11/10/2022 नूं भगवंत मान सर ने भी कहा सी भी ये जिहड़ी बहुत शानदार बच्चे ने, ठीक है, तो असीं इन्हां नूं कॉलेजां दे विच लैके आउणा चाहुंदे आ ते उन्हां दे विच जिहड़े जो भी कानूनी अड़चना है असीं उन्हां नूं पूरा कर रहे हैं, ठीक है। तो देखो सर,
तकरीबन साल तो इसे गल नहीं हो गया जी, तो असी साल बाद भी असी सड़क पर बैठे हुए हैं। की नाम तुहाडा? मेरा नाम अमनप्रीत कौर है, मैं कॉमर्स सब्जेक्ट तो हाँ जी। हाँ जी, पंजाब की आर्थिकता के बारे सोचते होंगे तो सरकार ये गल कहती होंगी है कि वो जिहड़ा मनप्रीत बादल कहते खाली पीपा कहना हुंदा सी, ये तो हमेशा पिटदे ने कि साडा तां भरिया होया है, साडे कोल तां बहुत पैसा जी हल कर देंगे, लगता भी सर मैं जे सच्ची गल कहां तां मैनू इन्हां दा तां पीपा टणकिया होया ही लगता है। इथों ये भी प्रूव हुंदा है कि शायद सानू एक ना ये भी चीज़ पता चलती है भी ये सानू कॉलेजेस दे विच एंटर करवाने लिए इसलिए ही रेडी नहीं है भी इन्हां नू सानू जिहड़ियां साडियां बणदियां होईयां सैलरीज ने डेढ़ साल दियां कितने वह भी ना देनिया पै जाने, तो यह मैं लगता भी ये जो 80-82 करोड़ का बजट का भार चढ़ रहा है वो करके भी ये रुके बैठे ने साड़ी भर्ती पूरी करन तो भी सानू नज़र आता, तो इन्हों का पीपा सच्ची टणकिया ही होया लगता भी। अज पिंड गंभीरपुर बैठे हो तो दूसरे पास ऐसा कभी असं दूरों बहुत आए हाँ अभी गल् करते रहे भी जे शायद मानसा बठिंडे पास हों धरना शायद होर पीकते हो जाता क्योंकि उधर जनतक जथेबंदी थोड़ी ज्यादा नहीं है, लगता भी यह इतिहासक धरती है, दूसरा गंभीरपुर पिंड है, लगता भी गंभीर है मंत्री? नहीं सर, मंत्री तो बिल्कुल गंभीर नहीं है पर वाहेगुरु बहुत गंभीर है, सानू जिहड़ी जित है वो यकीनी मिलेगी और सर सरकार जिहड़ी है इनू जिहड़ा असी सच्चे राह ते चले हुए हैं उन्हें देखते हुए सानू साडियां मंगां नू पूरी करना ही पएगा। जदों कोई पक्का मोर्चा लगता है तो पंजाब के लोग बहीरा कत्त लैंदे ने, ये मोर्चा आई शांत रखोगे जां पंजाब दी जिहड़ी भरातरी जथेबंदियां तुहाडे मूँह वल तुहाडे सुनेहे वल देख रही ने कि कदों 1158 वाले सानू सुनेहा देण, कदों सड़कां ते आईए, उन्हां लोकां नू की कहना चाहुंदे हो? बिल्कुल सर, मैं यही कहना चाहवागी कि ये सिर्फ असी इन्हां नू एक ट्रेलर दिखाया हजे तक तां, ते सरकार नू ये लग रहा भी असी जिहड़े 1158 आ ठंडे पै गए या असी बहुत ही साडे च क्षमता है नहीं, पर इदां दी कोई चीज़ नहीं है, असी रातां दे दीवे बाल के तेल बाल के पढ़ाइयां कीतियां होईयां ने, ते जे असी रातां नू जा के या दिनां च जा के 24-24 घंटे पढ़ सकते हैं तो असी पूरे पंजाब नू हिलाउण दी ताकत भी रखते हैं, इन्हां नू आउण वाले दिनां दे विच असी दस देंगे भी असी इन्हां तों अपने हक किवें लवांगे। ਤੁਹਾਡੀ ਕੀ ਕੁਆਲੀਫਿਕੇਸ਼ਨ ਹੈਗੀ? ਹਾਂਜੀ ਸਰ, ਮੈਂ ਐੱਮ ਕੌਮ ਕੀਤੀ ਹੋਈ ਹੈ, ਐੱਮ ਕੌਮ ਪੰਜਾਬ ਯੂਨੀਵਰਸਿਟੀ ਤੋਂ ਹੈ ਮੇਰੀ, ਅਤੇ ਮੇਰੀ ਕੱਲ੍ਹ ਹੀ ਹਜੇ ਮੈਂ ਆਪਣੀ PhD ਥੀਸਿਸ ਵੀ ਸਬਮਿਟ ਕੀਤੀ ਹੈ, ਅਤੇ ਇਹਦੇ 'ਚ ਨਾ ਇੱਕ ਮੈਂ ਚੀਜ਼ ਆਪਣਾ ਪਰਸਨਲ ਐਕਸਪੀਰੀਅੰਸ ਸ਼ੇਅਰ ਕਰਨਾ ਚਾਹੁੰਦੀ ਹਾਂ। ਕੱਲ੍ਹ ਮੇਰੀ PhD ਕੰਪਲੀਟ ਹੋਈ ਹੈ, ਮੈਂ ਮਿਠਾਈਆਂ ਦੇ ਡੱਬੇ ਵੰਡੇ ਨੇ, ਬਹੁਤ ਖੁਸ਼ੀ ਕੀਤੀ ਹੈ, ਮੈਂ ਆਪਣੀ ਜਨਰੇਸ਼ਨਸ ਦੇ ਵਿੱਚੋਂ 4 ਪੀੜ੍ਹੀਆਂ 'ਚੋਂ ਘਰਾਂ 'ਚੋਂ ਕਹਿ ਲਓ ਨਾਨਕੇ ਦਾਦਕਿਆਂ 'ਚੋਂ ਪਹਿਲੀ ਕੁੜੀਆਂ ਜਿਹਨੇ ਡਾਕਟਰੇਟ ਕੀਤੀ ਹੈ, ਮਤਲਬ ਇੰਨੀ ਪੜ੍ਹਾਈ ਕੀਤੀ ਹੈ, ਮੇਰੇ ਘਰਾਂ ਤੋਂ ਮਾਸਟਰਸ ਵੀ ਨਹੀਂ ਕਿਸੇ ਨੇ ਪਹੁੰਚ ਕੀਤੀ, ਅਤੇ ਮੈਂ ਡਾਕਟਰੇਟ ਕਰਕੇ ਅੱਜ ਮੇਰੇ ਘਰ ਦੇ ਇੰਨੇ ਖੁਸ਼ ਨੇ। ਪਰ ਇੱਥੇ ਇੱਕ ਮੈਂ ਸੱਚਾਈ ਦੱਸਣਾ ਚਾਹੁੰਦੀ ਹਾਂ ਵੀ ਸਭ ਨੂੰ ਇਹ ਲੱਗਦਾ ਜਿਸ ਤਰ੍ਹਾਂ ਇਹ ਕੌੜਾ ਸੱਚ ਹੈ, ਸ਼ਾਇਦ ਜਦੋਂ ਮੇਰੇ ਪਰਿਵਾਰ ਵਾਲੇ ਵੀ ਸੁਣਨਗੇ ਉਹਨਾਂ ਨੂੰ ਵੀ ਬਹੁਤ ਦੁੱਖ ਹੋਏਗਾ, ਪਰ ਇਹ ਚੀਜ਼ ਹੈ ਕਿ ਅੱਜ ਮੈਂ ਜਿਵੇਂ ਕੱਲ੍ਹ PhD ਸਬਮਿਟ ਕੀਤੀ ਹੈ ਅਤੇ ਮੈਨੂੰ ਅੱਜ ਤੋਂ ਡਰ ਖਾਣਾ ਸ਼ੁਰੂ ਹੋ ਗਿਆ ਵੀ ਮੈਂ ਹੁਣ ਅੱਗੇ ਕੀ ਕਰਨਾ। ਮੈਂ ਆਪਣੀ PhD ਕਰਦੇ ਟਾਈਮ ਹੀ ਮੈਂ ਆਪਣਾ ਪੇਪਰ ਵੀ ਦੇ ਦਿੱਤਾ, ਮੇਰਾ ਪੇਪਰ ਕਲੀਅਰ ਹੋ ਗਿਆ, ਸਿਲੈਕਟ ਹੋ ਗਈ, ਜੁਆਇਨਿੰਗ ਹੋ ਗਈ, ਪੇਰੈਂਟਸ ਨੇ ਇੰਨੀਆਂ ਉਮੀਦਾਂ ਬੰਨ ਲਈਆਂ ਕਿ ਵੀ ਅਸੀਂ ਪਰਿਵਾਰ ਦੇ ਵਿੱਚੋਂ ਮੈਂ ਪਹਿਲੀ ਇੱਦਾਂ ਦੀ ਕੁੜੀ ਹਾਂ ਕਿ ਜਿਹੜੀ ਗਵਰਨਮੈਂਟ ਜੋਬ 'ਚ ਜਾ ਰਹੀ ਹੈ, ਪਰ ਅੱਜ ਮੈਂ ਇੱਥੇ ਸੜਕਾਂ 'ਤੇ ਬੈਠੀ ਹਾਂ ਔਰ ਮੈਂ ਆਪਣੇ ਆਪ ਨੂੰ ਇੰਨਾ ਬੁਰਾ ਫੀਲ, ਇੰਨਾ ਨੀਵਾਂ ਫੀਲ ਕਰ ਰਹੀ ਹਾਂ ਕਿ ਵੀ ਪੰਜਾਬ ਦੀ ਕੀ ਤਰਾਸਦੀ ਹੈ ਵੀ ਇੰਨਾ, ਮੈਂ ਟੋਪਰਸ ਦੇ ਵਿੱਚੋਂ ਹਾਂ ਪੰਜਾਬ ਯੂਨੀਵਰਸਿਟੀ ਦੇ ਵਿੱਚੋਂ, ਅਤੇ ਇੱਕ ਟੋਪਰਸ ਦੇ ਵਿੱਚੋਂ ਹੋ ਕੇ ਵੀ PhD ਸਬਮਿਟ ਕਰਕੇ ਮੈਨੂੰ ਇਹ ਦੇਖਣਾ ਪੈ ਰਿਹਾ ਕਿ ਵੀ ਹੁਣ ਮੈਂ ਅਗਲੇ ਕਿਹੜੇ ਲੈਵਲ 'ਤੇ ਜਾਣਾ, ਮੈਂ ਕੀ ਕਰਨਾ, ਮਤਲਬ ਮੇਰੇ ਹੱਥ 'ਚ ਜੋਬ ਹੈ, ਮੇਰੇ ਹੱਥ 'ਚ ਮੇਰਾ ਹੱਕ ਹੈ, ਪਰ ਮੈਂ ਉਹ ਹੱਕ ਵੀ ਨਹੀਂ ਲੈ ਪਾ ਰਹੀ। ਇਹ ਮੇਰੀ ਇਕੱਲੀ ਦੀ ਕਹਾਣੀ ਨਹੀਂ ਹੈ, ਪੰਜਾਬ ਦੇ ਬਹੁਤ ਜਾਣਿਆਂ ਦੀ ਹੋਰ ਵੀ ਕਹਾਣੀ ਹੋਏਗੀ ਕਿ PhD ਇੱਕ ਮੰਨੀ ਤਾਂ ਬਹੁਤ ਵੱਡੀ ਡਿਗਰੀ ਜਾਂਦੀ ਹੈ, ਵਧਾਈਆਂ ਦਿੱਤੀਆਂ ਜਾਂਦੀਆਂ ਨੇ। ਮੈਂ ਤੁਹਾਨੂੰ ਦੱਸਾਂ ਮੇਰਾ 1100 ਪੇਜ ਦਾ ਥੀਸਿਸ ਬਣਿਆ, ਸਭ ਇੰਨਾ ਦੇਖ ਕੇ ਖੁਸ਼ ਹੋ ਰਿਹਾ ਵੀ ਇੰਨੀ ਵੱਡੀ ਕਿਤਾਬ ਲਿਖ ਦਿੱਤੀ, ਪਰ ਉਹ ਕਿਤਾਬ ਲਿਖਣ ਦੇ ਬਾਅਦ ਵੀ ਮੈਨੂੰ ਇੱਥੇ ਸੜਕਾਂ 'ਤੇ ਆ ਕੇ ਇਹ ਦੱਸਣਾ ਪਵੇ ਕਿ ਵੀ ਮੇਰਾ ਇੱਕ ਹੱਕ ਹੈ ਉਹ ਮੈਨੂੰ ਦੇ ਦਿਉ, ਅਤੇ ਇਹ ਮੈਂ ਕਹਿੰਦੀ ਹਾਂ ਕਿ ਜਿਹੜਾ ਸਾਡਾ ਸਿੱਖਿਆ ਮੰਤਰੀ ਉਹਦੇ ਲਈ ਬਹੁਤ ਹੀ ਸ਼ਰਮਨਾਕ ਗੱਲ ਹੈ, ਉਹਨੂੰ ਡੁੱਬ ਕੇ ਮਰ ਜਾਣਾ ਚਾਹੀਦਾ। ਕੀ ਨਾਮ ਹੈ ਜੀ? ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਡਾਕਟਰ ਕੁਲਦੀਪ ਸਿੰਘ, ਅਤੇ ਮੈਂ ਰਾਜਨੀਤੀ ਸ਼ਾਸਤਰ ਸਬਜੈਕਟ ਦੇ ਵਿੱਚ ਚੁਣਿਆ ਗਿਆ ਅਸਿਸਟੈਂਟ ਪ੍ਰੋਫੈਸਰ। ਰਾਜਨੀਤੀ ਪੜ੍ਹਾਉਣੇ ਹੋ, ਲੱਗਦਾ ਵੀ ਨਾ ਰਾਜਨੀਤਿਕ ਪੱਧਰ 'ਤੇ ਕੋਈ ਫੇਰਬਦਲ ਕੀਤਾ, ਬਦਲਾਅ ਕੀਤਾ, ਜਾਂ ਲੋਕਾਂ ਨੂੰ ਲੱਗਦਾ ਹੋਵੇ ਰਾਜਨੀਤੀ ਤੋਂ ਜਿਹੜਾ ਲੋਕਾਂ ਦਾ ਵਿਸ਼ਵਾਸ ਉੱਠਿਆ ਹੋਇਆ ਸੀ ਰਵਾਇਤੀ ਪਾਰਟੀਆਂ ਤੋਂ, ਕੀ ਰਾਜਨੀਤੀ ਪ੍ਰਤੀ ਲੋਕਾਂ ਦਾ ਵਿਸ਼ਵਾਸ ਬਣਾ ਪਾਉਣਗੇ ਇਹ? ਜਦੋਂ ਇਹ ਪਾਰਟੀ ਸੱਤਾ ਵਿੱਚ ਆਈ ਤਾਂ ਇਹਨਾਂ ਦੇ 2 ਹੀ ਵਾਅਦੇ ਸੀਗੇ, ਐਜੂਕੇਸ਼ਨ ਅਤੇ ਹੈਲਥ ਨੂੰ ਲੈ ਕੇ, ਇਹਨਾਂ ਦੇ ਉੱਪਰ ਇਹਨਾਂ ਨੇ ਰਾਜਨੀਤੀ ਕਰੀ, ਪੁਰਾਣੀਆਂ ਰਵਾਇਤੀ ਪਾਰਟੀਆਂ ਨੂੰ ਇਹਨਾਂ 2 ਮੁੱਦਿਆਂ ਦੀ ਭੰਡਿਆ। ਪਰ ਜਦੋਂ ਇਹ ਹੁਣ ਸੱਤਾ ਦੇ ਵਿੱਚ ਆਏ ਤਾਂ ਇਹਨਾਂ ਨੇ ਇਸੇ ਜਿਹੜੇ ਮੁੱਦੇ 'ਤੇ ਭੰਡ ਕੇ ਆਏ ਸੀ, ਇਹਨਾਂ ਦੋਨਾਂ ਮੁੱਦਿਆਂ ਵਿੱਚ ਹੀ ਇਹ ਫੇਲ ਹੋਈ ਹੈ ਸਾਬਤ।
ना ही ये सिक्ख्या के मॉडल जो कह रहे दिल्ली मॉडल करा वो पंजाब का जो पुराना ढांचा से वह भी खत्म करके रख दिता इन्होंने तो रही हेल्थ का वो पुराने जोड़े सिस्टम पिंड डिस्पेंसरिया से उन्होंने रंग रोगन करके इन्होंने यही कहता कि असं हेल्थ का सिस्टम सुधारता इस गल करके इन्हों की राजनीति वाला ना तो इन्होंने को तजर्बा से ना ही इन्होंने हूँ राजनीति हो पा रही है कोई चंगे तरीके 1158 भर्ती वेले असी होर पूछा उदो बड़े दावे की इन्होंने 1158 बारे जो तुम मिलते थे ना थोड़ू थापियाँ देंगे से भी तुम सब तो वो पढ़े लिखे हो तुम साढ़े कॉलेजों बचाओगे तुम साड़ी उचेरी सिक्ख्या बचाओगे अज लगता भी कोई मंत्री तो बिना कोई होर MLA कोई लोकल लीडर थोड़े को पहुँचे हो भी भाई कोई नहीं असी लगे हुए हैं फिलहाल तो यह साढ़े दिल्ली के CM केजरीवाल की हाजिर हजूरी लगे हुए हैं तो मैनू नहीं लगता पंजाब के सिक्ख्या प्रति ये कदे सीरीयस होणगे तो पर इन्हूं सीरीयस करवाना पैना साढ़े 1158 के सारे साथी बड़े दिलों लगे हुए हैं तो होर भी पंजाब के सारे कॉलेजों के यही हाल है ज बहुत सारिया होर मुलाजिम जथेबंदियां ने वह भी धरने ती बैठिया ने कोई चक्कर नहीं जिन्ना साडा सबर दा इम्तिहान लै रहे हैं असी कोई चक्कर नहीं जित के दिखावांगे सारे इकट्ठे होकर की नाम है जी भाई मेरा नाम अमनदीप सिंह है मैं मैथ सब्जेक्ट तो हाँ मैं शुरुआत करांगा एक छोटा जिहा मतलब दो लाइनों का शेर कह के कि तख्तों उत्ते बैठिया हाकमा जे तो साड़ी जगह आवें तेनू तां जाना किस हाल हाँ असी बस रहे जे तू अपने पिंडे ते हंडावें तेनू तां जाना तो मैं समय दियां सरकारां नूं और समय दे हाकमां नूं ये गल पुछनी चाहना आ कि जदों ये सत्ता दे विच आए सीगे और इन्होंने सब तो पहला ये कहा सीगा कि असी सेहत और अपने जड़ा हैगा या सेहत और एजुकेशन ऐदे उत्ते बद चढ़ के काम करांगे जिहड़ियां पिछलियां सरकारां ने नहीं सी कीता वो असी मतलब पूरा करांगे तो मैं इन्हां नूं ये गल पुछनी चाहना आ कि एक पासे तां केजरीवाल दे नाल मिल के साढ़े CM साहब साढ़े EM साहब सिक्ख्या क्रांति की गल कर रहे हैं और दूजे पासे 1158 सहायक प्रोफेसर और लाइब्रेरियन धरने के उत्ते बैठे हुए हैं कि इन्हों का ये इनकलाब सीगा कि इन्हों का यह बदलाव सीगा कि एक पासे ये वड्डियां वड्डियां मतलब जकड़ा मार रहे हैं और दूजे पासे जिहड़े साढ़े साथी आ धरना दे रहे हैं तो मैं समय के हाकमां नूं ये पुछना चाहना कि तुहानूं अपना जो भी है वह क्लीयर कट दसना पैना लोगों नूं क्योंकि पंजाब के लोग जिहड़े हैगे आ वो तुहाडे कोलों जवाब मंग रहे हैं कि जिहड़ा तुसीं इनकलाब का फर्जी नारा लैके आए सीगे बदलाव का फर्जी नारा लैके आए सीगे वह किते ना किते हजे भी झूठा ही दिस रहा है तो इनकलाब जिहड़ा आ वह सरों फुल्लियां पग्गां बन्नण दे नाल नहीं आंदा वड्डे वड्डे वादे करन दे नाल नहीं आंदा वड्डियां वड्डियां जकड़ां मारन दे नाल नहीं आंदा ग्राउंड पद्धर दे उत्ते जमीनी पद्धर दे उत्ते काम करके फिर ही इनकलाब जिहड़ा वह आया जांदा है। साढ़े पंजाब दे विच जदों किसी की सियाणप ते सवाल खड़ा करना होवे जदों किसी की एजुकेशन ते व्यंग कसना होवे तां असीं आम कह दिंदे आ कि तू कि PhD कीती हुई है अज श्री आनंदपुर साहब की धरती दे उत्ते ਉਹ PhD ਕਰੇ ਹੋਏ ਪੰਜਾਬ ਦੇ ਨੌਜਵਾਨ ਅਤੇ ਜਿਨ੍ਹਾਂ ਲਈ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਉਹਨਾਂ ਨੂੰ ਰੁਜ਼ਗਾਰ ਦੇਣ ਦੇ ਲਈ ਹਰਾ ਪੈਨ ਚਲਾਉਣ ਦੀ ਹਮੇਸ਼ਾ ਗੱਲ ਕਰਦੇ ਰਹੇ ਨੇ ਸਮੇਂ ਦੀ ਇਹ ਹੁਕਮਰਾਨ ਸਰਕਾਰੇ ਇਹ ਉਹ ਲੋਕ ਨੇ ਜਿਨ੍ਹਾਂ ਨੂੰ ਤੁਸੀਂ ਭਮੱਕੜ ਕਹਿੰਦੇ ਹੁੰਦੇ ਸੀ ਜਿਨ੍ਹਾਂ ਨੇ ਆਪਣੇ ਮੋਟਰਸਾਈਕਲਾਂ ਦੇ ਵਿੱਚ ਆਪਣੀਆਂ ਗੱਡੀਆਂ ਦੇ ਵਿੱਚ ਤੇਲ ਪਵਾ ਪਵਾ ਕੇ ਤੁਹਾਨੂੰ 92 ਸੀਟਾਂ ਜਿਤਾਈਆਂ ਨੇ ਪੰਜਾਬ ਦੇ ਸੂਝਵਾਨ ਲੋਕੋ ਪੰਜਾਬ ਦੀਆਂ ਭਰਾਤਰੀ ਜਥੇਬੰਦੀਆਂ 1158 ਦੀ ਭਰਤੀ ਨੂੰ ਬਚਾਉਣਾ ਲਾਜ਼ਮੀ ਇਸ ਕਰਕੇ ਹੈ ਕਿਉਂਕਿ 26 ਸਾਲਾਂ ਬਾਅਦ ਆਈ ਇਹ ਭਰਤੀ ਜੇ ਨੇਪਰੇ ਨਾ ਚੜ੍ਹੀ ਤਾਂ ਪੰਜਾਬ ਦੇ ਸਰਕਾਰੀ ਕਾਲਜ ਜਿੱਥੇ ਗਰੀਬ ਕਿਸਾਨ ਮਜ਼ਦੂਰ ਦੁਕਾਨਦਾਰ ਹਰ ਵਰਗ ਦਾ ਉਹ ਬੱਚਾ ਜਿਹੜਾ ਵੱਡੀਆਂ ਸੰਸਥਾਵਾਂ ਦੇ ਵਿੱਚ ਜਿਹੜਾ ਮਹਿੰਗੇ ਕਾਲਜਾਂ ਦੇ ਵਿੱਚ ਐਜੂਕੇਸ਼ਨ ਨਹੀਂ ਲੈ ਸਕਦਾ ਉਹਨਾਂ ਕਾਲਜਾਂ ਨੂੰ ਬਚਾਉਣ ਲਈ ਇਹ ਭਰਤੀ ਦਾ ਨੇਪਰੇ ਚੜ੍ਹਨਾ ਬਹੁਤ ਲਾਜ਼ਮੀ ਹੈ। ਜੁੜੇ ਰਹੋ ਸਿਰਲੇਖ ਦੇ ਨਾਲ।